ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਘਰ ਪੱਤੇ ਸਨ ਪਰ ਰਿਸ਼ਤੇ ਪੱਕੇ ਸਨ ਜਦੋਂ ਦੇ ਘਰ ਪੱਕੇ ਬਨ ਲੱਗੇ ਹਨ ਰਿਸ਼ਤੇ ਕੱਚੇ ਜਿਹੇ ਹੋ ਗਏ ਪੱਥਰ ਸ਼ੀਸ਼ੇ ਦੇ ਘਰਾਂ ਵਿੱਚ ਲੋਕ ਰਹਿੰਦੇ ਹਨ ਉਹਨਾਂ ਦੇ ਦਿਲ ਜਾਂ ਤਾਂ ਪੱਥਰ ਵਰਗੇ ਹੋ ਗਏ ਹਨ ਕਿਸੇ ਦਾ ਪਿਆਰ ਹੀ ਨਹੀਂ ਕਰਦੇ ਜਾਂ ਫਿਰ ਸ਼ੀਸ਼ੇ ਵਰਗੇ ਹੀ ਹੋ ਗਏ ਜੋ ਮਿੰਟਾਂ ਵਿੱਚ ਟੁੱਟ ਜਾਂਦੇ ਹਨ ਅਤੇ ਲੋਕ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਮੁੰਡਿਆਂ ਨਾਲੋਂ ਕਿਤੇ ਵੱਧ ਸੰਭਾਲ ਕੁੜੀਆਂ ਕਰਦੀਆਂ ਹਨ ਮਾਪਿਆਂ ਦੀ ਫੇਰ ਵੀ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਇੱਜ਼ਤ ਨਾ ਬਰਾਬਰ ਹੈ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਨਹੀਂ ਹੁੰਦੇ ਕੁੜੀਆਂ ਦੇ ਪਿੱਕੇ ਸੋਹਰੇ ਹੁੰਦੇ ਨੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ ਵਿਆਹ ਤੋਂ ਬਾਅਦ ਪਤੀ ਦਾ ਘਰ ਅਤੇ ਜੇ ਉਸਤੇ ਪਤਨੀ ਦਾ ਵੀ ਬਰਾਬਰ ਹਿੱਸਾ ਹੋਣਾ ਚਾਹੀਦਾ ਹੈ ਕਿਉਂਕਿ ਘਰ ਨੂੰ ਸਹੀ ਮਾਇਨੇ ਵਿੱਚ ਘਰ ਬਣਾਉਣ ਲਈ ਇੱਕ ਔਰਤ ਪਤਨੀ ਮਾਂ ਹੀ ਹੁੰਦੀਆਂ ਹਨ ਜੋ ਇੱਟਾਂ ਦੇ ਮਕਾਨ ਨੂੰ ਘਰ ਬਣਾ ਕੇ ਰੱਖਦੀਆਂ ਹਨ ਪਿਆਰ ਦਾ ਮਤਲਬ ਸਿਰਫ ਆਸ਼ਕੀ ਨਹੀਂ ਹੁੰਦਾ ਇਹ ਤਾਂ ਬਾਕੀ ਰਿਸ਼ਤਿਆਂ ਵਿੱਚ ਵੀ ਨਿਕ ਦਿੰਦਾ ਹੈ ਭੈਣ ਭਰਾ ਦਾ ਪਿਆਰ ਮਾਪੇ ਦਾ ਪਿਆਰ ਜ਼ਿੰਦਗੀ ਵਿੱਚ ਇੱਕ ਵਾਰ ਹੀ ਮਿਲਦਾ ਹੈ ਕਦਰ ਕਰਨ ਚਾਹੀਦੀ ਹੈ ਇਹਨਾਂ ਦੀ ਟਾਈਮ ਪਾਸ ਵਾਲਾ ਕਦੇ ਵੀ ਸ਼ੱਕ ਨਹੀਂ ਕਰਦਾ ਕਿਉਂਕਿ ਉਹ ਤੁਹਾਨੂੰ ਗਵਾਉਣ ਤੋਂ ਨਹੀਂ ਡਰਦਾ ਕਿਸੇ ਕਿਸੇ ਪਿੱਛੇ ਮਾਰਨ ਤੋਂ ਚੰਗਾ ਕਿਸੇ ਲਈ ਜੀਣਾ ਸਿੱਖੋ ਧੂ ਵੀ ਤਰ੍ਹਾਂ ਉਡਣਾ ਸਿੱਖੋ ਜਲਣਾ ਤਾਂ ਲੋਕ ਵੀ ਸਿੱਖ ਗਏ ਨੇ ਕੋਈ ਹੱਸੇਗਾ ਤੇ ਕੋਈ ਰੋਏਗਾ ਜਿਸ ਦਿਨ ਮੇਰਾ ਅੰਤਮ ਸਸਕਾਰ ਹੋਏਗਾ ਚਾਰ ਧਾਣੇ ਹੋਣਗੇ ਨਾਲ ਮੇਰੇ ਮੂਰੇ ਮੂਰੇ ਹੋਣਗੇ ਕਰੀਬੀ ਜਿਹੜੇ ਪਿੱਛੇ ਪਿੱਛੇ ਗੱਲਾਂ ਕਰਦਾ ਪਿੰਡ ਹੋਵੇਗਾ ਕਿਉਂਕਿ ਮਰਨ ਤੋਂ ਬਾਅਦ ਕੁਝ ਦਿਨ ਲੋਕ ਯਾਦ ਰੱਖਦੇ ਬਾਅਦ ਵਿੱਚ ਕੋਈ ਨਹੀਂ ਯਾਦ ਰੱਖਦਾ ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮੁਹੱਬਤ ਦੀ ਤਾਂ ਤੈਨੂੰ ਮੇਰੀ ਮੁਹੱਬਤ ਦਾ ਅਹਿਸਾਸ ਹੋਵੇ ਤੂੰ ਮੰਗੇ ਦਿਲ ਸਾਡਾ ਤੇਰੇ ਕਦਮਾਂ ਵਿੱਚ ਸਾਡੀ ਸਾਡੀ ਲਾਸ਼ ਹੋਵੇ ਉਹਦਾ ਵੱਖਰਾ ਨਜ਼ਾਰਾ ਇਹ ਸਾਦਗੀ ਦਾ ਭਾਵੇਂ ਸਾਰੇ ਅਯੋਕ ਫੈਸ਼ਨ ਅਪਣਾ ਲਓ ਵੱਖਰਾ ਹੀ ਆਨੰਦ ਹੁੰਦਾ ਹੈ ਗਰੀਬ ਦੀ ਕੁਲੀ ਵਿੱਚ ਭਾਵੇਂ ਕਈ ਫੁੱਟੇ ਮਹਿਲ ਬਣਾ ਲਓ ਪਰ ਜੋ ਆਪਣੀ ਕੁਲੀ ਵਿੱਚ ਨਜ਼ਾਰਾ ਉਹ ਕਿਤੇ ਵੀ ਨਹੀਂ ਝੂਠ ਬੋਲ ਕੇ ਜਿੱਤਣ ਨਾਲ ਚੰਗਾ ਹੈ ਕਿ ਸੱਚ ਬੋਲ ਕੇ ਹਾਰ ਜਾਓ ਸੱਚ ਬੋਲਣਾ ਮਤਲਬ ਇੱਕ ਵਾਰ ਕੌੜਾ ਲੱਗਦਾ ਸੁਣਨ ਨੂੰ ਝੂਠ ਇੱਕ ਵਾਰ ਬੋਲ ਕੇ ਉਸ ਨੂੰ ਸਹੀ ਸਾਫਟ ਕਰ ਲਈ 10 ਝੂਠ ਹੋਰ ਬੋਲਣੇ ਪੈਂਦੇ ਹਨ ਜੇਕਰ ਤੁਸੀਂ ਸੱਚ ਬੋਲੋਗੇ ਤਾਂ ਤੁਸੀਂ ਉਸ ਗੱਲ ਨੂੰ ਉੱਥੇ ਹੀ ਭੁੱਲ ਜਾਓਗੇ ਪਿਆਰ ਹੋਵੇ ਤਾਂ ਹੱਥ ਤੇ ਅੱਖ ਵਰਗਾ ਕਿਉਂਕਿ ਜਦੋਂ ਹੱਥ ਨੂੰ ਝੋਟ ਲੱਗਦੀ ਹੈ ਤਾਂ ਅੱਖ ਰੋਂਦੀ ਹੈ ਜਦੋਂ ਅੱਖ ਰੋਂਦੀ ਹੈ ਤਾਂ ਹੱਥ ਵੀ ਹੰਝੂ ਮੂਝਦੇ ਹਨ ਇੱਕ ਦਿਨ ਨੂੰ ਲੱਖ ਸਮਝਾਉਣ ਵਾਲੇ ਨੇ ਜੇ ਫਿਰ ਵੀ ਸਮਝ ਨਾ ਆਵੇ ਤਾਂ ਕੀ ਕਰੀਏ ਜੇ ਦਿਲ ਦਾ ਦਰਦ ਹੋਵੇ ਤਾਂ ਸਹਿ ਲਈਏ ਜਾਂ ਦਿਲ ਹੀ ਦਰਦ ਵਾਂਝ ਜਾਵੇ ਤਾਂ ਕੀ ਕਰੀਏ ਜੇਕਰ ਤੁਸੀਂ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋ ਤਾਂ ਉਦਾਸ ਨਾ ਹੋ ਕਿਉਂਕਿ ਮੁਸ਼ਕਲ ਭੂਮਿਕਾ ਹਮੇਸ਼ਾ ਚੰਗੇ ਕਲਾਕਾਰਾਂ ਨੂੰ ਹੀ ਦਿੱਤੀ ਜਾਂਦੀ ਹੈ ਕਦੇ ਵੀ ਖੁਸ਼ੀ ਵਾਲੀ ਗੱਲ ਤੇ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਬਹੁਤਾ ਦੁੱਖ ਸਮੇਂ ਦੁਖੀ ਹੋਣਾ ਚਾਹੀਦਾ ਹੈ ਕਿਉਂਕਿ ਖੁਸ਼ੀ ਕਮੀ ਦੋਨੋਂ ਚੱਕੀਆਂ ਭੈਣਾਂ ਨੇ ਜਿਵੇਂ ਸਿੱਕੇ ਦੇ ਦੋ ਪਹਿਲੀ ਹੁੰਦੇ ਹਨ ਉਸੇ ਤਰ੍ਹਾਂ ਸੁੱਖ ਅਤੇ ਦੁੱਖ ਚੰਗਦੇ ਦਾ ਹਿੱਸਾ ਹੈ ਇਸ ਨੂੰ ਨੋਰਮਲ ਤਰੀਕੇ ਨਾਲ ਰਹਿ ਕੇ ਜੀਆ ਜਾ ਸਕਦਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਆਨ ਰੱਖਣਾ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਵੀ ਦੇਖ ਸਕੋ ਧੰਨਵਾਦ ਕਰਦੇ ਆਂ ਇਥੋਂ ਤੱਕ ਵੀਡੀਓ ਦੇਖਣ ਲਈ